ਥੋੜਾ ਭਲਾ ਹੋ ਜੇ, ਬਣਾਈ ਜਾਓ ਲੋਕਾਂ ਨੂੰ ਬੁੱਧੂ। ਸਿਹਤਾਂ ਛਿੱਕੂ ਬਣਦੀਆਂ ਨੇ, ਕਹਿਣ ਨੂੰ ਤਾਂ ਇਹ ਖੋਆ ਤਿਆਰ ਕਰ ਰਹੇ ਨੇ, ਪਰ ਜਿਸ ਕੁਆਲਿਟੀ ਨਾਲ ਕਰ ਰਹੇ ਨੇ ਜਨਾਬ, ਤੁਹਾਨੂੰ ਦੱਸ ਦਿੱਤਾ ਤਾਂ ਮਠਿਆਈਆਂ ਤੋਂ ਮੋਹ ਭੰਗ ਹੋ ਜਾਣਾ ਤੁਹਾਡਾ। ਖਬਰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਪਤਾ ਚੱਲੇ ਕਿ ਤਿਉਹਾਰਾਂ ਦੇ ਸੀਜ਼ਨ 'ਚ ਲੋਕਾਂ ਨੂੰ ਕੀ ਕੁਝ ਮਿਲਾ ਕੇ ਖਵਾਇਆ ਜਾ ਰਿਹਾ। ਘਰ 'ਚ ਤਾਂ ਦੁੱਧ ਨੂੰ ਕਾੜ ਕਾੜ ਕੇ ਖੋਇਆ ਤਿਆਰ ਹੁੰਦਾ ਦੇਖਿਆ ਸੀ, ਅਤੇ ਇੱਥੇ ਅੰਮ੍ਰਿਤਸਰ ਦੇ ਮਾਨਾ ਵਾਲੇ 'ਚ ਸਪਰੇਟਾਂ ਦੁੱਧ 'ਚ ਪਾ ਪਾ ਕੇ ਡਾਲਡਾ ਅਤੇ ਕਰ ਕਰ ਗ੍ਰਾਈਂਡਰ ਖੋਆ ਤਿਆਰ ਕੀਤਾ ਜਾ ਰਿਹਾ, ਅਤੇ ਇਹ ਅੱਗੇ ਹਲਵਾਈਆਂ ਨੂੰ ਸਪਲਾਈ ਕੀਤਾ ਜਾਣਾ ਸੀ। ਪਰ ਰਾਤ ਹੀ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਤਾ, 337 ਕਿਲੋ ਨਕਲੀ ਖੋਆ ਨਸ਼ਟ ਕੀਤਾ ਗਿਆ। ਚਲੋ ਸੁਣ ਕੇ ਤਾਂ ਸਾਹ ਆਇਆ ਕਿ ਬਾਜ਼ਾਰ 'ਚ ਨਹੀਂ ਪਹੁੰਚਿਆ ਇਹ ਖੋਆ, ਅਤੇ ਲੋਕਾਂ ਦੇ ਡੱਬਿਆਂ 'ਚ ਅਤੇ ਫਿਰ ਢਿੱਡਾਂ 'ਚ ਪੈਣ ਤੋਂ ਬਚਾਅ ਹੋ ਗਿਆ। ਪਰ ਤੁਸੀਂ ਖੁਦ ਦੇਖੋ, ਹਲਵਾਈਆਂ ਨੂੰ ਵੀ ਪਤਾ ਹੋਣਾ ਕਿ ਖੋਆ ਕਿਵੇਂ ਬਣ ਕੇ ਆ ਰਿਹਾ, ਅਤੇ ਅਸੀਂ ਮਿਠਾਈਆਂ ਬਣਾ ਰਹੇ ਹਾਂ, ਫਿਰ ਅੱਗੇ ਦੁਕਾਨਦਾਰਾਂ ਨੂੰ ਵੀ ਪਤਾ ਹੋਣਾ ਕਿ ਕਿਸ ਤਰ੍ਹਾਂ ਦੀ ਮਠਿਆਈ ਅਸੀਂ ਹਲਵਾਈਆਂ ਤੋਂ ਤਿਆਰ ਕਰਵਾ ਰਹੇ ਹਾਂ। ਇੱਕੋ ਗੱਲ ਕਹਿ ਕੇ ਖਤਮ ਕਰੋ ਕਿ ਜ਼ਮੀਰ ਮਰ ਚੁੱਕੇ ਨੇ ਕਮਾਈਆਂ ਦੇ ਚੱਕਰ 'ਚ, ਅਤੇ ਕੋਈ ਵਿਰਲਾ ਹੀ ਹੋਊ ਜਿਹੜਾ ਇਮਾਨਦਾਰੀ ਨਾਲ ਸੱਚਾ ਅਤੇ ਚੰਗਾ ਖਵਾਉਂਦਾ ਹੋਊ। ਇੱਥੇ ਇੱਕ ਥਾਂ 'ਤੇ ਰੇਡ ਹੋਈ, ਹੋਰ ਤੁਸੀਂ ਅੰਦਾਜ਼ਾ ਲਗਾਓ ਕਿ ਕਿੰਨੀ ਵੱਡੀ ਗਿਣਤੀ 'ਚ ਇਸ ਤਰ੍ਹਾਂ ਨਕਲੀ ਖੋਆ ਬਣ ਬਣ ਕੇ ਬਾਜ਼ਾਰਾਂ 'ਚ ਆ ਰਿਹਾ ਹੋਣਾ, ਅਤੇ ਆਪਾਂ 500 ਨੂੰ ਕਿਲੋ ਡੱਬਾ ਪੈਕ ਕਰਵਾ ਕੇ ਲੈ ਜਾਂਦੇ ਹਾਂ। ਮੈਂ ਰਜਿੰਦਰਪਾਲ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤੈਨਾਤ ਹਾਂ, ਔਰ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਅਤੇ ਮਾਨਯੋਗ ਕਮਿਸ਼ਨਰ ਫੂਡ ਸੇਫਟੀ ਪੰਜਾਬ ਡਾਕਟਰ ਅਭਿਨਵ ਤ੍ਰਿਖਾ ਜੀ IAS ਅਤੇ ਪ੍ਰਿੰਸੀਪਲ ਸੈਕਟਰੀ ਹੈਲਥ ਸ਼੍ਰੀ ਅਜੋਏ ਸ਼ਰਮਾ ਜੀ IAS, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕੰਮ ਕਰਦੇ ਹੋਏ, ਅਤੇ ਆਨਰੇਬਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ ਜੀ IAS ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਹਰਪ੍ਰੀਤ ਸਿੰਘ ਜੀ IAS, ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੱਲ੍ਹ ਇੱਕ ਅਸੀਂ ਖੁਫੀਆ ਸੂਚਨਾ ਦੇ ਉੱਤੇ ਰੇਡ ਕੀਤੀ ਸੀ ਦੇਰ ਰਾਤ ਪਿੰਡ ਮਾਨਾਵਾਲਾ, ਜੋ ਕਿ ਤਹਿਸੀਲ ਅਜਨਾਲਾ ਦੇ ਵਿੱਚ ਹੈ। ਸਾਡੇ ਫੂਡ ਸੇਫਟੀ ਵਿੰਗ, ਜਿਹਦੇ ਵਿੱਚ ਸਾਡੇ ਫੂਡ ਸੇਫਟੀ ਆਫਿਸਰ ਅਮਨਦੀਪ ਸਿੰਘ, ਕਮਲਦੀਪ ਕੌਰ, ਸਾਕਸ਼ੀ ਖੋਸਲਾ ਅਤੇ ਅਸ਼ਵਨੀ ਕੁਮਾਰ ਸ਼ਾਮਿਲ ਸਨ, ਅਤੇ ਅਸੀਂ ਜਿਹੜਾ ਪੁਲਿਸ ਦੇ ਸਹਿਯੋਗ ਦੇ ਨਾਲ, ਪੁਲਿਸ ਸਟੇਸ਼ਨ ਲੋਕੋਕੇ ਦੀ ਟੀਮ ਦੇ ਨਾਲ ਅਸੀਂ ਜਿਹੜਾ ਹੈ ਇਸ ਪਿੰਡ ਦੇ ਵਿੱਚ ਰੇਡ ਕੀਤੀ ਸੀ। ਇਸ ਪਿੰਡ ਦੇ ਵਿੱਚ ਜਿਹੜਾ ਹੈ ਇੱਕ ਦੇਸਾ ਸਿੰਘ ਸਨ ਆਫ ਰੁਲਦਾ ਸਿੰਘ ਨਾਮ ਦਾ ਵਿਅਕਤੀ ਅਤੇ ਇੱਕ ਕੁਲਦੀਪ ਸਿੰਘ ਸਨ ਆਫ ਤਰਲੋਕ ਸਿੰਘ ਨਾਮ ਦਾ ਵਿਅਕਤੀ, ਇਹ ਦੋਨੋਂ ਘਰ ਜਿਹੜਾ ਹੈ ਖੋਇਆ ਬਣਾ ਰਹੇ ਸੀ। ਖੋਇਆ ਜਿਹੜਾ ਹੈ ਬੜੀ ਗੈਰ ਕਾਨੂੰਨੀ ਢੰਗ ਨਾਲ ਬਣਾ ਰਹੇ ਸੀ। ਖੋਇਆ ਬਣਾਉਣ ਦੇ ਲਈ ਜੋ ਵੀ ਇਹਨਾਂ ਵੱਲੋਂ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਸੀ, ਉਹ ਸਕਿਮਡ ਮਿਲਕ ਪਾਊਡਰ ਅਤੇ ਡਾਲਡਾ ਜਿਹੜਾ ਹੈ ਉਸਨੂੰ ਮਿਕਸ ਕਰਕੇ ਇੱਕ ਗ੍ਰਾਈਂਡਰ ਦੇ ਵਿੱਚ ਗਰਮ ਕਰਕੇ ਉਸਨੂੰ ਖੋਏ ਦਾ ਰੂਪ ਦੇ ਕੇ ਇਹ ਜਿਹੜਾ ਸੀ ਮਾਰਕੀਟ ਦੇ ਵਿੱਚ ਹਲਵਾਈਆਂ ਨੂੰ ਜਿਹੜਾ ਹੈ ਸਪਲਾਈ ਕਰ ਰਹੇ ਸੀ। ਅਤੇ ਇਸ ਦਾ ਜਿਹੜਾ ਗੈਰ ਕਾਨੂੰਨੀ ਢੰਗ ਦਾ ਜਿਹੜਾ ਬਣਾਉਣ ਵਾਲਾ ਖੋਇਆ, ਜੋ ਕਿ ਬਹੁਤ ਹੀ ਘਟੀਆ ਕੁਆਲਿਟੀ ਦਾ ਸੀ, ਇਸ ਦੇ ਜਿਹੜੇ ਸਾਡੇ ਫੂਡ ਸੇਫਟੀ ਅਫਸਰ ਵੱਲੋਂ ਜਿਹੜਾ ਹੈ ਸੈਂਪਲ ਲੈ ਲਏ ਗਏ, ਅਤੇ ਲਗਭਗ 337 ਕਿਲੋ ਗ੍ਰਾਮ ਦੇ ਕਰੀਬ ਜੋ ਖੋਇਆ ਸੀ ਉਸਨੂੰ ਮੌਕੇ 'ਤੇ ਨਸ਼ਟ ਕਰਵਾਇਆ ਗਿਆ, ਅਤੇ ਜਿਹੜਾ 115 ਕਿਲੋ ਗ੍ਰਾਮ ਦੇ ਕਰੀਬ ਸਾਡਾ ਜਿਹੜਾ ਡਾਲਡਾ, ਸਾਡੇ ਕੋਲ ਡਾਲਡਾ ਬਨਸਪਤੀ ਔਰ ਜਿਹੜਾ ਹੈ ਲਗਭਗ 70 ਕਿਲੋ ਦੇ ਕਰੀਬ ਜਿਹੜਾ ਹੈ ਸਕਿਮਡ ਮਿਲਕ ਪਾਊਡਰ, ਉਸਨੂੰ ਜਿਹੜਾ ਹੈ ਮੌਕੇ 'ਤੇ ਹੀ ਸੀਜ਼ ਕੀਤਾ ਗਿਆ ਹੈ, ਸਟੋਕ ਸਾਰਾ ਸੀਜ਼ ਕਰ ਦਿੱਤਾ ਗਿਆ। ਅਤੇ ਜਿਹੜੀਆਂ ਇਹਨਾਂ ਨੇ ਗ੍ਰਾਈਂਡਰ ਜਿਹੜੇ ਯੂਜ਼ ਕਰ ਰਹੇ ਸੀ, ਮਿਕਸਰ ਗ੍ਰਾਈਂਡਰ ਜਿਹਦੇ ਵਿੱਚ ਇਹ ਗ੍ਰਾਈਂਡ ਕਰਕੇ ਖੋਆ ਬਣਾ ਰਹੇ ਸੀ, ਉਸਨੂੰ ਵੀ ਸੀਲ ਕਰ ਦਿੱਤਾ ਗਿਆ, ਅਤੇ ਇਹਨਾਂ ਦੋਨਾਂ ਕਲਵਰਟਸ ਨੂੰ ਪੁਲਿਸ ਦੇ ਹਵਾਲੇ ਕਰਕੇ ਇਹਨਾਂ ਦੇ ਉੱਪਰ ਧਾਰਾ 273 IPC ਅਤੇ 420 ਜਿਹੜਾ ਹੈ IPC ਉਹਦੇ ਉੱਤੇ ਇਹਨਾਂ ਦੇ ਉੱਤੇ ਪਰਚਾ ਦਰਜ ਕਰਵਾ ਦਿੱਤਾ ਗਿਆ, ਅਤੇ ਜਿਹੜੇ ਸੈਂਪਲ ਜਿਹੜੇ ਲਏ ਗਏ ਸੀ ਫੂਸੇ ਤੋਂ ਉਸਨੂੰ ਫਰਦਰ ਅਨਾਲਿਸਿਸ ਦੇ ਲਈ ਲੈਬੋਰਟਰੀ ਭੇਜ ਦਿੱਤਾ ਗਿਆ, ਅਤੇ ਲੈਬੋਰਟਰੀ ਤੋਂ ਰਿਪੋਰਟ ਆਉਣ ਤੋਂ ਬਾਅਦ ਜਿਹੜਾ ਇਹਨਾਂ ਦੇ ਉੱਪਰ ਫੂਡ ਸੇਫਟੀ ਐਕਟ ਦੇ ਅਧੀਨ ਬਣਦੀ ਕਾਰਵਾਈ ਜਿਹੜੀ ਹੈ ਉਹ ਉਲੀਕੀ ਜਾਏਗੀ। ਮੈਂ ਵਾਰ ਵਾਰ ਜਿੰਨੇ ਵੀ ਸਾਡੇ ਇੱਥੇ ਦੁਕਾਨਦਾਰ ਹੈ, ਚਾਹੇ ਹਲਵਾਈ, ਬੇਕਰੀ ਔਰ ਡਰਾਈ ਫਰੂਟ ਜਾਂ ਕੋਈ ਵੀ ਹੋਰ ਖਾਣ ਪੀਣ ਨਾਲ ਕੰਮ ਕਰਨ ਵਾਲਾ, ਵਾਰ ਵਾਰ ਮੇਰੀ ਇਹ ਅਪੀਲ ਕਰਦੇ ਰਹੇ ਅਸੀਂ ਡਿਪਾਰਟਮੈਂਟ ਵੱਲੋਂ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ, ਕਿ ਸਹੀ ਅਤੇ ਸਾਫ਼ ਸੁਥਰਾ ਭੋਜਨ ਜਿਹੜਾ ਹੈ ਉਹ ਬਣਾਇਆ ਜਾਵੇ। ਪਰੰਤੂ ਕੁਛ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਮਾਲ ਪ੍ਰੈਕਟਿਸਿਸ ਕਰ ਰਹੇ ਆ, ਉਹਨਾਂ ਦੇ ਉੱਤੇ ਡਿਪਾਰਟਮੈਂਟ ਦੀ ਜਿਹੜੀ ਹੈ ਔਰ ਸਾਡੀ ਸਰਕਾਰ ਦੀ ਜਿਹੜੀ ਹੈ ਜ਼ੀਰੋ ਟੋਲਰੈਂਸ ਹੈ ਅਡਲਟਰੇਸ਼ਨ ਦੇ ਉੱਪਰ, ਅਸੀਂ ਜਿਹੜਾ ਹੈ ਵਾਰ ਵਾਰ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਜਿਹੜਾ ਹੈ ਇਸ ਚੀਜ਼ਾਂ ਤੋਂ ਨਾ ਕਰੋ, ਨਹੀਂ ਤਾਂ ਡਿਪਾਰਟਮੈਂਟ ਬਹੁਤ ਹੀ ਸਖਤੀ ਨਾਲ ਪੇਸ਼ ਆਏਗਾ। ਜਿਵੇਂ ਇਹਨਾਂ 'ਤੇ FIR ਕਰਾਈ ਗਈ ਹੈ, ਪਰਚਾ ਦਰਜ ਕਰਾਇਆ ਗਿਆ,
ਅਤੇ ਹੋਰ ਵੀ ਜਿਹੜਾ ਸਾਨੂੰ ਕੋਈ ਮਾਲ ਪ੍ਰੈਕਟਿਸ ਕਰਦਾ ਪਾਇਆ ਗਿਆ ਉਹਨਾਂ ਦੇ ਉੱਤੇ ਪਰਚੇ ਦਰਜ ਕਰਾਏ ਜਾਣਗੇ, ਉਹਨਾਂ ਨੂੰ ਅੰਦਰ ਕੀਤਾ ਜਾਏਗਾ। ਕਿਉਂਕਿ ਅਸੀਂ ਬਹੁਤ ਵਾਰੀ ਤੁਹਾਨੂੰ ਅਪੀਲ ਕਰ ਚੁੱਕੇ ਹਾਂ ਪਰ ਤੁਸੀਂ ਲੋਕ ਨਹੀਂ ਮੰਨ ਰਹੇ। ਮੇਰੀ ਫਿਰ ਵੀ ਤੁਹਾਨੂੰ ਫਿਰ ਤੋਂ ਅਪੀਲ ਹੈ ਕਿ ਜਿਹੜਾ ਹੈ ਚੰਗਾ ਕੰਮ ਸਾਫ਼ ਸੁਥਰਾ ਕਰੋ। ਜਿਹੜੇ ਲੋਕ ਸਾਫ਼ ਸੁਥਰਾ ਕੰਮ ਕਰਨਗੇ ਡਿਪਾਰਟਮੈਂਟ ਉਹਨਾਂ ਨੂੰ ਪ੍ਰੇਜ਼ ਵੀ ਕਰੇਗਾ, ਉਹਨਾਂ ਦੀ ਸ਼ਲਾਘਾ ਵੀ ਕੀਤੀ ਜਾਏਗੀ, ਪਰ ਗਲਤ ਕੰਮ ਜਿਹੜਾ ਹੈ ਉਹ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ। ਸੋ ਮੇਰੀ ਫਿਰ ਤੋਂ ਅਪੀਲ ਹੈ ਕਿ ਜਿਹੜਾ ਵੀ ਸਾਫ਼ ਸੁਥਰਾ ਆਪਾਂ ਖਾਣ ਪੀਣ ਦੀਆਂ ਵਸਤੂਆਂ ਜਿਹੜੀਆਂ ਲੋਕਾਂ ਨੂੰ ਮੁਹੱਈਆ ਕਰਵਾਉਣੀਆਂ।